करवाइए, नी खू टोपे ते चर्चा 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 ना करवाइए। सो फुलकारी ना रिलेटेड साडिया सोहनिया नन्निया नन्निया जिया बच्चिया फुलकारी ते डांस करन। हां जी जोरदार ताड़ियां, एप्रिशिएट कर दिया गुरु जी। हां जी ਕੀ ਕਾ।
ਤਾੜੀਆਂ ਨਹੀਂ ਮਾਰਦੇ ਹਾਂਜੀ ਹਾਂਜੀ ਇੱਕ ਮੈਨੂੰ ਬੋਲੀ ਯਾਦ ਆ ਗਈ ਕੀ ਮੈਂ ਸੁਣਾ ਦਵਾਂ ਸੁਣਾਓ ਜੀ ਤਾੜੀਆਂ ਤਾੜੀਆਂ ਮਾਰੋ ਫੇਰ ਹੀ ਪਤਾ ਲੱਗੂਗਾ ਛੜੀਆਂ ਦੇ ਛੜੀਆਂ ਦੇ ਦੋ ਦੋ ਚੱਕੀਆਂ ਨਹੀਂ ਕੋਈ ਡਰਦੀ ਪੀਣ ਨਾ ਜਾਵੇ ਦੇ ਦੋ ਦੋ ਚੱਕੀਆਂ ਨਹੀਂ ਕੋਈ ਡਰਦੀ ਪੀਣ ਨਾ ਜਾਵੇ ਛੜੀਆਂ ਦੇ ਛੜੀਆਂ ਦੇ ਦੋ ਦੋ ਚੱਕੀਆਂ ਕੋਈ ਡਰਦੀ ਪੀਣ ਨਾ ਜਾਵੇ ਉਸ ਛੜੇ ਦੀ ਤਾਖ ਤੇ ਪਰਿੰਦ ਲਾੜੀ ਜਿਹੜੀ ਜਿਹੜਾ ਕੰਧ ਤੋਂ ਚਾਤੀਆਂ ਮਾਰੇ ਛੜੇ ਦੀ ਤਾਖ ਤੇ ਪਰਿੰਦ ਲਾੜੀ ਜਿਹੜੀ ਜਿਹੜਾ ਕੰਧ ਤੋਂ ਚਾਤੀਆਂ ਮਾਰੇ ਸੋਹਣੇ ਦੀ ਤਾਖ ਤੇ ਪਰਿੰਦ ਲਾੜੀ ਜਿਹੜੀ ਜਿਹੜਾ ਕੰਧ ਤੋਂ ਚਾਤੀਆਂ ਮਾਰੇ ਆ ਸਾਰਿਆਂ ਨੂੰ ਹੁਣ ਪਰਿੰਦਾਂ ਹੀ ਲਾਂਡੀਆਂ ਮਗਰ ਛੜੀਆਂ ਦੇ ਕਾਰੀਆਂ ਕਿ ਨਾ ਘੜੇ ਵਿੱਚ ਪਾਣੀ ਨਾ ਕੋਈ ਦਿਸਦੀ ਛੜਿਆਂ ਦਾ ਮੰਦੜਾ ਹਾਲ ਹਾਏ ਨੀ ਬੂ ਛੜਿਆਂ ਦਾ
ਸਾਰਿਆਂ ਨੂੰ ਇਹ ਗੱਲ ਪਤਾ ਹੋਏਗੀ ਕਿ ਤੀਆਂ ਦਾ ਤਿਹਾਰ ਕਦੋਂ ਤੇ ਕਿੰਨੇ ਦਿਨਾਂ ਤੱਕ ਸੌਣ ਤੇ ਮਨਾਇਆ ਜਾਂਦਾ ਹੈ ਜ਼ਿਆਦਾਤਰ ਲੋਕ ਇਹ ਸੋਚਦੇ ਹਨ ਕਿ ਤੀਆਂ ਦਾ ਤਿਹਾਰ ਜਿਹੜਾ ਪੂਰੇ ਸਾਵਨ ਦੇ ਵਿੱਚ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਤੀਜ ਦੇ ਨਾਂ ਤੇ ਵੀ ਮਸ਼ਹੂਰ ਹੈ ਤੀਜ ਤੀਜ ਮਤਲਬ ਤੀਸਰਾ ਦਿਨ ਸਾਵਨ ਕੀ ਤੁਹਾਨੂੰ ਪੰਜਾਬ ਦੇ ਵਿਰਾਸਤੀ ਗਹਿਣਿਆਂ ਬਾਰੇ ਪਤਾ ਹੈ ਜੇ ਅਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਤਾਂ ਸਾਨੂੰ ਪੰਜਾਬ ਦੀ ਵਿਰਾਸਤ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਨੂੰ ਵੀ ਕਿਸੇ ਵੀ ਗਹਿਣੇ ਦਾ ਪਤਾ ਹੈ ਵਿਰਾਸਤੀ ਗਹਿਣੇ ਦਾ ਪਤਾ ਹੈ ਤਾਂ ਪਲੀਜ਼ ਉਹ ਦੱਸ ਸਕੇ ਇਹਦੇ ਵਿੱਚ ਸ਼ਾਨ ਬਣਨੀ ਹੈ ਜੇ ਤੁਹਾਨੂੰ ਆਉਂਦਾ ਹੈ ਤਾਂ ਇਹਦੇ ਵਿੱਚ ਸ਼ਾਨ ਹੈ ਤੁਸੀਂ ਜਾਗਰੂਕ ਹੋ ਪੰਜਾਬ ਦੀ ਵਿਰਾਸਤੀ ਗਹਿਣੇ ਕੋਈ ਵੀ ਹੋਣ ਨਹੀਂ ਜੀ ਇਹ ਸਾਡੇ ਪੰਜਾਬੀਆਂ ਦਾ ਪੰਜਾਬ ਦਾ ਨੱਥ ਜਿਹੜਾ ਆ ਉਹ ਪੰਜਾਬ ਦਾ ਵਿਰਾਸਤੀ ਗਹਿਣਾ ਨਹੀਂ ਹੈ ਕੋਈ ਹੋਰ ਐਨੀਬੋਡੀ ਐਲਸ ਹੋਰ ਕੋਈ ਹੈਂਡਸ ਅਪ ਕਰ ਸਕਦੇ ਆ ਕੋਈ ਵੀ ਇਹਦੇ ਵਿੱਚ ਸਾਨੂੰ ਮਾਣ ਹੈ ਕੋਈ ਜ਼ਰੂਰੀ ਨਹੀਂ ਵੀ ਜੇ ਨਹੀਂ ਆਇਆ ਤਾਂ ਫਿਰ ਕੀ ਹੈ ਜਾਣਨ ਇਹਦਾ ਆਨਸਰ ਵੀ ਅਸੀਂ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਹਾਂਜੀ ਸੱਗੀ ਫੁੱਲ ਸੱਗੀ ਫੁੱਲ ਇਸ ਤੋਂ ਇਲਾਵਾ ਵੈਰੀ ਗੁੱਡ ਕਲੈਪਿੰਗ ਪਿੰਡ ਦੀ ਸ਼ਾਨ ਹੈ ਜੇ ਸਾਨੂੰ ਮੇਰਾ ਤਵੀਤੜੀ ਹਾਂਜੀ ਤਵੀਤੜੀ ਹਾਂਜੀ ਕੈਂਠਾ ਗੱਭਰੂਆਂ ਦਾ ਬਿਲਕੁਲ ਸਹੀ ਹਾਂਜੀ ਹਾਂਜੀ ਜੀ ਹਾਂਜੀ ਬਹੁਤ ਵਧੀਆ ਵੈਰੀ ਗੁੱਡ ਤਾੜੀਆਂ ਮਾਰੋ ਜੀ ਇਹ ਸਾਡੇ ਵਿਰਾਸਤੀ ਗਹਿਣੇ ਹਨ ਅੱਜ ਤੋਂ ਇਲਾਵਾ ਸਾਨੂੰ ਤੁਹਾਨੂੰ ਕਿਤੇ ਵੀ ਕਿਸੇ ਪਿੰਡ 'ਚ ਜਾਣ ਦਾ ਮੌਕਾ ਮਿਲੇ ਤੁਸੀਂ ਇੱਦਾਂ ਤੀਆਂ ਦੇ ਤਿਉਹਾਰ ਨੂੰ ਐਂਟਰਟੇਨ ਕਰੋ ਤਾਂ ਤੁਹਾਨੂੰ ਕੋਈ ਵੀ ਕੁਐਸਚਨ ਇੱਦਾਂ ਦਾ ਪੁੱਛਿਆ ਜਾ ਸਕਦਾ ਹੈ ਅਤੇ ਇਹ ਗਹਿਣੇ ਤੁਸੀਂ ਜ਼ਰੂਰ ਯਾਦ ਰੱਖਣੇ ਕਿਉਂਕਿ ਇਹ ਸਾਡੀ ਵਿਰਾਸਤੀ ਦੇ ਮੇਲਿਆਂ ਦੇ ਗਹਿਣੇ ਹਨ ਇਸ ਤੋਂ ਇਲਾਵਾ ਪੰਜਾਬੀ ਲੋਕ ਗੀਤ ਕੀ ਹੁੰਦੇ ਹਨ ਪੰਜਾਬੀ ਲੋਕ ਗੀਤ ਕੀ ਹੁੰਦੇ ਹਨ ਮੇਰੀ ਵਾਰ ਮੈਂ ਵਾਰੀ ਮੇਰੀ ਸੰਮੀਏ ਲੱਦਰੇ ਜਾਂਦੇ ਓਠ ਨੀ ਸੰਮੀਏ
ਛੱਜ ਤੋੜਨੇ ਵੇਜ ਕਰਦੀ ਕਿੱਥੇ ਕੰਨੀ ਪੈਂਦੀ ਕੋਲ।
ਸੁਣਦੀ ਏ ਸਰਕਾਰੇ ਹੌਣੀ ਆਪ ਤੂੰ ਨਖਰੇ ਮਾਰੇ ਸਾਡੀ ਕਾਦੀ ਐ ਸਰਦਾਰੀ ਜੇ ਤੇਰੀ ਰਹਿ ਗਈ ਰੀਝ ਕੁਵਾਰੀ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਗੋਰੀਏ ਓਏ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂੰ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂੰ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂੰ
سرتاج آکے سرتاج نے سی اکھیاں میڑائیاں جی کمال ہو گیا ساڑے سنیا خیالاں وچ رونقاں لگائیاں جی کمال ہو گیا ہائے سنیا خیالاں وچ رونقاں لگائیاں جی کمال ہو گیا آ محبتاں نے راہ تے محبتاں نے راہ محبتاں نے راہ تے رشماں وچھائیاں جی کمال ہو گیا خیالاں وچ رونقاں لگائیاں جی کمال ہو گیا سنیا خیالاں وچ رونقاں لگائیاں جی کمال ہو گیا ترجمة
ਆਪਣੀ ਸੱਸ ਨੂੰ ਥੋੜੇ ਹੀ ਦਿੰਦੀ ਆ ਕਰੇਲੇ ਤੋਂ ਹੀ ਉੱਚੀ ਅੱਡੀ ਦੇ ਬੂਟ
ਸ਼ਹੀਦ ਭਗਤ ਸਿੰਘ ਦੀ ਪ੍ਰੈਜ਼ੀਡੈਂਟ ਇੱਥੇ ਆਵੇ ਜੋ ਵੀ ਇਨਚਾਰਜ ਹੈ ਪਲੀਜ਼ ਡੋਨੇਸ਼ਨ ਲੈ ਲਓ ਬਲਵੀਰ ਕੌਰ ਕਮਲ ਜੀ ਹੋਰ ਤੁਹਾਡੇ ਨਾਲ ਕੌਣ ਸੀ ਜਿਨ੍ਹਾਂ ਨੇ ਇਹ ਕੀਤਾ ਸੀਗਾ ਆ ਜੋ ਆਂਟੀ ਤੁਸੀਂ ਆ ਗਏ ਪੀਕੀ ਹੋਇਆ ਸੋਰੇ ਮੇਰੇ ਨੇ ਕਰੇਲੇ ਲਿਆਂਦੇ ਸੋਰੇ ਮੇਰੇ ਨੇ ਕਰੇਲੇ ਲਿਆਂਦੇ ਸੱਸ ਮੇਰੀ ਨੇ ਤੜਕੇ ਅੱਛਾ ਨੀ ਮੇਰੀ ਵਾਰੀ ਆਈ ਪਤੀਲਾ ਖੜ ਕੇ ਨੀ ਮੇਰੀ ਵਾਰੀ ਆਈ ਪਤੀਲਾ ਖੜ ਕੇ ਆਈ ਪਤੀਲਾ ਖੜ ਕੇ ਨੀ ਮੇਰੀ ਵਾਰੀ ਆਈ ਪਤੀਲਾ ਖੜ ਕੇ ਆਈ ਪਤੀਲਾ ਖੜ ਕੇ ਨੀ ਮੇਰੀ ਵਾਰੀ ਆਈ ਪਤੀਲਾ ਬਲੀਏ ਸੁਣ ਸੁਣ ਕੁੱਟਦਾ ਬਣਾ ਦੇ ਮੇਰੀ ਗੰਗਣੇ ਕਰਾ ਦੂਗਾ ਸ਼ਕੀਨ ਬਲੀਏ
ਸਿਰ ਚੋਰ ਨਿੱਚ ਲੱਪ ਸੁਰਮਾ ਧੌਣ ਮੋਰ ਨੀ ਜਗਾਰ ਲੈਣ ਮਿੱਠੀਏ ਕਪਤਾਨ ਕਪਤਾਨ ਤੇ ਲੱਗੀਆਂ ਦਿਲ ਨੂੰ ਤੂੰ ਕੱਚ ਕੱਚ ਦੀ ਕੁਈਨ ਬੱਲੀਏ
ਦੇਖਿਆ ਸੋ ਥੈਂਕ ਯੂ ਸੋ ਮਚ ਲੰਚ
ਸਾਸਰਾ ਤੇ ਫੁੱਲ ਮੁੱਠਿਆ